सर अज फिर तो मानसा वालों ट्वीट किया गया था, तो नाम सर क्या है कि मुख्य संचालक जी तुम हो गए 1 नंबर डिबेट से, सर की तो गलबात की हुआ सर? देखो मैनू मैं इस गल से अपने आप के खुशी महसूस कर रहा कि आप दे उपर डिबेट हो रही है और इस तरह की डिबेट है पहली बार हो रही है। मैं तो इनू कोई इस तरह भी लै रहा कि पॉजिटिव गल है, एक विकास की गल हो रही है, विकास के मुद्दे के उपर उ चर्चा होगी और पंजाब सरकार ने मैं समझता कि चंगा उपराला किया। सीएम साहब की बहुत वधिया सोच है सरदार भगवंत सिंह मान होर की कि उन्होंने तो खुद आवाज़ मारी है भी आज आप सारे जोड़े आ इस गल पर विचार चर्चा करिए जिन्हां पार्टियां ने राज किया और जिहड़ी पार्टी राज कर रही है और उत्थे बहुत तरह की आपस में गलबात होनी आ। साडे गुरु साहब ने भी फरमाया कि एक दूजे की गल सुन के एक दूजे को अपनी गल कह के बहुत सारे जोड़े मुद्दे आ वो विकास वल तुरदे आ। तो मैं उम्मीद करदा कि जिहड़ी 1 तरीक नूं इह डिबेट हो रही आ ਇਹਦੇ ਜੋ ਵੀ ਪੰਜਾਬ ਦਾ ਵਿਕਾਸ ਆ ਜਿਹੜਾ ਉਹ ਅੱਗੇ ਨਿਕਲੇਗਾ ਬਹੁਤ ਸਾਰੀਆਂ ਗੱਲਾਂ ਚੰਗੀਆਂ ਹੋਣਗੀਆਂ। ਸਰ ਮਾਨ ਸਾਹਿਬ ਨੂੰ ਤੁਹਾਡੇ ਸਰ ਗੱਲਬਾਤ ਹੋਈ ਸੀ ਕਿਉਂਕਿ ਅੱਜ ਸਵੇਰੇ ਟਵੀਟ ਕੀਤਾ ਰਾਤੀ ਗੱਲਬਾਤ ਹੋਈ ਸੀ ਤੁਹਾਡੀ ਉਹਨਾਂ ਨਾਲ? ਨਹੀਂ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨਾਲ ਕਰਨ ਦੀ, ਪੁਰਾਣੇ ਸਾਥੀ ਨੇ ਤੇ ਮੈਨੂੰ ਪਰ ਉਹਨਾਂ ਦੀ ਸੋਚ ਵਧੀਆ ਲੱਗੀ ਕਿ ਉਹਨਾਂ ਨੇ ਜਿਹੜੀਆਂ ਉਹ ਪਾਰਟੀਆਂ ਜਿਹੜੀਆਂ ਦੇਖੋ ਉਹ ਪਾਰਟੀਆਂ ਵੀ ਪੰਜਾਬ ਦਾ ਵਿਕਾਸ ਚਾਹੁੰਦੀਆਂ ਜਾਂ ਮਤਲਬ ਕੁਝ ਕਹਿਣਾ ਚਾਹੁੰਦੀਆਂ ਤਾਂ ਉਹਨਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਕਿ ਭਾਈ ਆਓ ਔਰ ਗੱਲ ਕਰੋ ਇੱਕ ਪਲੇਟਫਾਰਮ 'ਤੇ ਖੜ ਕੇ ਗੱਲ ਕਰੋ। ਤੇ ਸਰ ਵਿਵਾਦ ਸਰ ਲਗਾਤਾਰ ਵਿਰੋਧੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ, ਤੁਹਾਨੂੰ ਜਾਖੜ ਸਾਹਿਬ ਜਿਹੜੇ ਬੀਜੇਪੀ ਪ੍ਰਧਾਨ ਨੇ ਉਹਨਾਂ ਨੇ ਤੁਹਾਡੇ ਸਰ ਇੱਕ ਪੁਰਾਣੀ ਵੀਡੀਓ ਪਾਈ ਹੈ ਕਿ ਲੱਗਦਾ ਹੁਣ ਭਾਨਾ ਵਰਤਿਆ ਜਾਊਗਾ ਸਰ, ਕੀ ਵਰਤਿਆ ਜਾਊਗਾ? ਮੈਨੂੰ ਮੈਂ ਉਹ ਦੇਖੀ ਨਹੀਂ ਐਕਸ ਸਿਕਸ ਸਰ, ਤੁਹਾਡੀ ਪੁਰਾਣੀ ਵੀਡੀਓ ਪਾਈ ਸਰ ਨਾਟਕ ਦੀ ਤੁਹਾਡੀ ਜਾਖੜ ਸਾਹਿਬ ਨੇ ਕਿ ਹੁਣ ਜੇ ਇੱਦਾਂ ਦਾ ਹੋਏਗਾ ਹਾਲਾਤ ਬੰਦੇ ਕਿ ਜੇ ਇਹ ਸਾਡੇ ਸੰਚਾਲਕ ਬਣੇਗਾ ਫਿਰ ਭਾਨਾ ਵਰਤਿਆ ਜਾਊਗਾ ਪੰਜਾਬ ਦਾ? ਨਹੀਂ ਚਲੋ ਕੋਈ ਨਹੀਂ, ਉਹ ਹਰ ਬੰਦੇ ਨੂੰ ਹਰ ਮੈਂ ਮਾਨ ਜਾਊਗਾ ਮੇਰੇ ਉਹਨਾਂ ਨੂੰ ਗੱਲ ਕਰਨ ਦਾ ਹੱਕ ਹੈਗਾ ਕਰਨ ਦਾ, ਲੇਕਿਨ ਮੈਂ ਸਮਝਦਾ ਕਿ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਅਤੇ ਮੈਂ ਤਾਂ ਕਹਿੰਦਾ ਕਿ ਮੈਂ ਉਹਨੂੰ ਇਮਾਨਦਾਰੀ ਨਾਲ ਨਿਭਾਵਾਂ ਔਰ ਇੱਕ ਵਧੀਆ ਤਰੀਕੇ ਨਾਲ ਇਹ ਜਿਹੜੀ ਗੱਲਬਾਤ ਹੋਵੇ, ਕੋਈ ਨਹੀਂ ਆਉਣ ਉੱਥੇ ਸਾਰੇ ਗੱਲਬਾਤ ਕਰਨ। ਸਰ ਅੱਜ ਫਿਰ ਤੋਂ ਮਾਨਸਾ ਵੱਲੋਂ ਟਵੀਟ ਕੀਤਾ ਗਿਆ ਤਾਂ ਤੁਹਾਡਾ ਨਾਮ ਸਰ ਕਿਹਾ ਕਿ ਮੁੱਖ ਸੰਚਾਲਕ ਜਿਹੜੀ ਤੁਸੀਂ ਹੋਵੋਗੇ 1 ਨੰਬਰ ਡਿਬੇਟ 'ਤੇ, ਸਰ ਕੀ ਤੁਹਾਡੀ ਗੱਲਬਾਤ ਉਹਨਾਂ ਨਾਲ ਕੀ ਹੋਇਆ ਸਰ? ਦੇਖੋ ਮੈਨੂੰ ਮੈਂ ਇਸ ਗੱਲ 'ਤੇ ਆਪਣੇ ਆਪ ਦੇ ਵਿੱਚ ਖੁਸ਼ੀ ਮਹਿਸੂਸ ਕਰ ਰਿਹਾ ਕਿ ਆਪ ਦੇ ਉੱਪਰ ਡਿਬੇਟ ਹੋ ਰਹੀ ਆ ਔਰ ਇਸ ਤਰ੍ਹਾਂ ਦੀ ਡਿਬੇਟ ਆ ਪਹਿਲੀ ਵਾਰੀ ਹੋ ਰਹੀ ਆ। ਮੈਂ ਤਾਂ ਇਹਨੂੰ ਕੋਈ ਇਸ ਤਰ੍ਹਾਂ ਵੀ ਲੈ ਰਿਹਾ ਕਿ ਪੋਜ਼ਿਟਿਵ ਗੱਲ ਹੈ, ਇੱਕ ਵਿਕਾਸ ਦੀ ਗੱਲ ਹੋ ਰਹੀ ਆ, ਵਿਕਾਸ ਦੇ ਮੁੱਦੇ ਦੇ ਉੱਪਰ ਉੱਥੇ ਚਰਚਾ ਹੋਊਗੀ ਔਰ ਪੰਜਾਬ ਸਰਕਾਰ ਨੇ ਮੈਂ ਸਮਝਦਾ ਕਿ ਚੰਗਾ ਉਪਰਾਲਾ ਕੀਤਾ। ਸੀਐਮ ਸਾਹਿਬ ਦੀ ਬਹੁਤ ਵਧੀਆ ਸੋਚ ਹੈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਕਿ ਉਹਨਾਂ ਨੇ ਤਾਂ ਖੁਦ ਆਵਾਜ਼ ਮਾਰੀ ਆ ਵੀ ਆਜੋ ਆਪਾਂ ਸਾਰੇ ਜਿਹੜੇ ਆ ਉਹ ਇਸ ਗੱਲ 'ਤੇ ਵਿਚਾਰ ਚਰਚਾ ਕਰੀਏ ਜਿਨ੍ਹਾਂ ਪਾਰਟੀਆਂ ਨੇ ਰਾਜ ਕੀਤਾ ਔਰ ਜਿਹੜੀ ਪਾਰਟੀ ਰਾਜ ਕਰ ਰਹੀ ਆ ਔਰ ਉੱਥੇ ਬਹੁਤ ਤਰ੍ਹਾਂ ਦੀ ਆਪਸ ਵਿੱਚ ਗੱਲਬਾਤ ਹੋਣੀ ਆ। ਸਾਡੇ ਗੁਰੂ ਸਾਹਿਬ ਨੇ ਵੀ ਫਰਮਾਇਆ ਕਿ ਇੱਕ ਦੂਜੇ ਦੀ ਗੱਲ ਸੁਣ ਕੇ ਇੱਕ ਦੂਜੇ ਨੂੰ ਆਪਣੀ ਗੱਲ ਕਹਿ ਕੇ ਬਹੁਤ ਸਾਰੇ ਜਿਹੜੇ ਮੁੱਦੇ ਆ ਉਹ ਵਿਕਾਸ ਵੱਲ ਤੁਰਦੇ ਆ। ਅਤੇ ਮੈਂ ਉਮੀਦ ਕਰਦਾ ਕਿ ਜਿਹੜੀ 1 ਤਰੀਕ ਨੂੰ ਇਹ ਡਿਬੇਟ ਹੋ ਰਹੀ ਆ ਇਹਦੇ ਜੋ ਵੀ ਪੰਜਾਬ ਦਾ ਵਿਕਾਸ ਆ ਜਿਹੜਾ ਉਹ ਅੱਗੇ ਨਿਕਲੇਗਾ ਬਹੁਤ ਸਾਰੀਆਂ ਗੱਲਾਂ ਚੰਗੀਆਂ ਹੋਣਗੀਆਂ। ਸਰ ਮਾਨ ਸਾਹਿਬ ਨੂੰ ਤੁਹਾਡੇ ਸਰ ਗੱਲਬਾਤ ਹੋਈ ਸੀ ਕਿਉਂਕਿ ਅੱਜ ਸਵੇਰੇ ਟਵੀਟ ਕੀਤਾ ਰਾਤੀ ਗੱਲਬਾਤ ਹੋਈ ਸੀ ਤੁਹਾਡੀ ਉਹਨਾਂ ਨਾਲ? ਨਹੀਂ ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨਾਲ ਕਰਨ ਦੀ, ਪੁਰਾਣੇ ਸਾਥੀ ਨੇ। ਅਤੇ ਮੈਨੂੰ ਪਰ ਉਹਨਾਂ ਦੀ ਸੋਚ ਵਧੀਆ ਲੱਗੀ ਕਿ ਉਹਨਾਂ ਨੇ ਜਿਹੜੀਆਂ ਉਹ ਪਾਰਟੀਆਂ ਜਿਹੜੀਆਂ ਦੇਖੋ ਉਹ ਪਾਰਟੀਆਂ ਵੀ ਪੰਜਾਬ ਦਾ ਵਿਕਾਸ ਚਾਹੁੰਦੀਆਂ ਜਾਂ ਮਤਲਬ ਕੁਛ ਕਹਿਣਾ ਚਾਹੁੰਦੀਆਂ ਤਾਂ ਉਹਨਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਕਿ ਭਾਈ ਆਓ ਔਰ ਗੱਲ ਕਰੋ ਇੱਕ ਪਲੇਟਫਾਰਮ 'ਤੇ ਖੜ ਕੇ ਗੱਲ ਕਰੋ। ਅਤੇ ਸਰ ਵਿਵਾਦ ਸਰ ਲਗਾਤਾਰ ਵਿਰੋਧੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ, ਤੁਹਾਨੂੰ ਜਾਖੜ ਸਾਹਿਬ ਜਿਹੜੇ ਬੀਜੇਪੀ ਪ੍ਰਧਾਨ ਨੇ ਉਹਨਾਂ ਨੇ ਤੁਹਾਡੇ ਸਰ ਇੱਕ ਪੁਰਾਣੀ ਵੀਡੀਓ ਪਾਈ ਹੈ ਕਿ ਲੱਗਦਾ ਹੁਣ ਭਾਨਾ ਵਰਤਿਆ ਜਾਊਗਾ ਸਰ, ਕੀ ਵਰਤਿਆ ਜਾਊਗਾ? ਮੈਨੂੰ ਮੈਂ ਉਹ ਦੇਖੀ ਨਹੀਂ ਐਕਸ ਸਿਕਸ ਸਰ, ਤੁਹਾਡੀ ਪੁਰਾਣੀ ਵੀਡੀਓ ਪਾਈ ਸਰ ਨਾਟਕ ਦੀ ਤੁਹਾਡੀ ਜਾਖੜ ਸਾਹਿਬ ਨੇ ਕਿ ਹੁਣ ਜੇ ਇੱਦਾਂ ਦਾ ਹੋਏਗਾ ਹਾਲਾਤ ਬੰਦੇ ਕਿ ਜੇ ਇਹ ਸਾਡੇ ਸੰਚਾਲਕ ਬਣੇਗਾ ਫਿਰ ਭਾਨਾ ਵਰਤਿਆ ਜਾਊਗਾ ਪੰਜਾਬ ਦਾ? ਨਹੀਂ ਚਲੋ ਕੋਈ ਨਹੀਂ, ਉਹ ਹਰ ਬੰਦੇ ਨੂੰ ਹਰ ਮੈਂ ਮਾਨ ਜਾਊਗਾ ਮੇਰੇ ਉਹਨਾਂ ਨੂੰ ਗੱਲ ਕਰਨ ਦਾ ਹੱਕ ਹੈਗਾ ਕਰਨ ਦਾ, ਲੇਕਿਨ ਮੈਂ ਸਮਝਦਾ ਕਿ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਅਤੇ ਮੈਂ ਤਾਂ ਕਹਿੰਦਾ ਕਿ ਮੈਂ ਉਹਨੂੰ ਇਮਾਨਦਾਰੀ ਨਾਲ ਨਿਭਾਵਾਂ ਔਰ ਇੱਕ ਵਧੀਆ ਤਰੀਕੇ ਨਾਲ ਇਹ ਜਿਹੜੀ ਗੱਲਬਾਤ ਹੋਵੇ, ਕੋਈ ਨਹੀਂ ਆਉਣ ਉੱਥੇ ਸਾਰੇ ਗੱਲਬਾਤ ਕਰਨ।